ਅਦਾਂ ਦੇ ਬੁੱਧ ਗਏ ਹੁਸੈਨ ਚੁੱਪੇ ਅਦਾਂ ਦੇ ਵਿੱਚ ਲੱਗਦੇ ਜਿਗਰ ਦਾ ਖੂਨ ਏ ਸਭਾ ਦੇ ਵਿੱਚ ਇਹ ਤਾਬ ਹੁੰਦੀ ਖੁਦਾ ਦੇ ਪੈਨ ਆਵਾਜ਼ ਆਉਂਦੇ ਹੁਸੈਨ ਪੈਦਾ ਜਵਾਬ ਪੈਂਦੇ ਔਜ਼ੁ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲਲਾ ਰਹਿਮਾਨ ਰਹੀਮ ਕਾਲੁ ਇਨ ਲਿਲਾਹ ਵਇਨ ਇਲੈਹਿ ਰਾਜਿਊਨ ਦਾਮੀ ਦਾ ਦੀਨ ਢਲ ਚੁੱਕਾ ਹੈ ਆਈ ਦੇ ਦਿਨ ਰੋਂਦੇ ਰਹੋ ਤੇ ਪੜ੍ਹਦੇ ਰਹੋ ਇਨਾ ਲਿਲਾਹ ਵਇਨਾ ਇਹ ਟਾਈਮ ਕਰਬਲਾ ਦੀ ਧਰਤੀ ਖੂਨ ਦੇ ਦਰਿਆ 'ਚ ਬਦਲ ਜਾ ਕਹਿੰਦਾ ਸੀਨਾ ਜ਼ਖਮੀ ਹੈ ਕਹਿੰਦੇ ਬਾਜ਼ੂ ਨਾਲ ਕੋਈ ਨਹੀਂ ਔਰ ਅਹਿਲੇ ਸੁਨਤ ਕਿਤਾਬਾਂ 'ਚ ਲਫ਼ਜ਼ ਮੌਜੂਦ ਹੈ ਕਿ ਪੈਗੰਬਰ ਦਾ ਹਰਮ ਉਮੇ ਸਲਮਾ ਫਰਮੈਂਦਨ ਮੈਂ ਖਾਬ 'ਚ ਰਿਠੇ ਰਸੂਲ ਕਰੀਮ ਦਾ ਅਮਾਮਾ ਖੁੱਲ੍ਹਾ ਹੋਏ ਸਾਰੇ ਖਾ ਕੇ ਜ਼ੁਲਫਾਂ ਪਰੇਸ਼ਾਨ ਉਮੇ ਸਲਮਾ ਦੀ ਅੱਖ ਮੁਹਤਰਮ ਖੈਰੀਅਤ ਹੈ ਫਰਮੈਂਦਨ ਮੇਰੇ ਹੁਸੈਨ ਬੇਜੁਰ ਮਾਰਿਆ ਗਏ ਉਮੇ ਸਲਮਾ ਮੈਂ ਹੁਸੈਨ ਦੇ ਗਮੇ ਔਰ ਯਕੀਨ ਕਰਾ ਹੈ ਮੇਰੇ ਅੰਦਰ ਇੱਕ ਦਰਦ ਆਈ ਮੈਂ ਗਾਲ ਕੀਤੀ ਹੈ ਇਹ ਹੁਣ ਰੋਡ 'ਤੇ ਆਉਂਦੇ ਹਾਂ ਮੈਂ ਡੂ ਸਜੀਆਂ ਹੋਈਆਂ ਕਾਰਾਂ ਡਿੱਠੀਆਂ ਮੈਂ ਕੋਈ ਇੰਤਹਾਈ ਅਫਸੋਸ ਲੱਗਿਆ ਠੀਕ ਹੈ ਦੀਨ ਮਜ਼ਹਬ ਹਰ ਕਹਿੰਦਾ ਆਪਣੇ ਕੋਈ ਜਾਬਰ ਨਹੀਂ ਲੇਕਿਨ ਜਿਹੜੇ ਮਜ਼ਹਬ ਦਾ ਬੰਦੇ ਰਸੂਲ ਦਾ ਕਲਮਾ ਪੜ੍ਹਦਾ ਹੈ ਕਮ ਅਜ਼ ਕਮ ਅੱਜ ਇਹ ਤਾਂ ਦੇਖੇ ਚਾਹ ਜੋ ਰਸੂਲ ਦੀ ਹਾਲਤ ਕਿਹੜੀ ਹੈ ਸਦਕੇ ਥੀ ਮਾਂ ਸਦਕੇ ਥੀ ਮਾਂ ਮਹੱਲੇ 'ਚ ਰੱਖੀ ਹੋਈ ਸ਼ਾਦੀ ਤੂੰ ਹਫ਼ਤਾ ਪਹਿਲੇ ਕੋਈ ਮਹੱਲੇ 'ਚ ਫੌਤਗੀ ਹੋਵੇ ਨਾ ਲੋਕ ਸ਼ਾਦੀਆਂ ਖਤਮ ਕਰ ਦਿੰਦੇ ਨੇ ਕੈਂਸਲ ਯਾਰ ਮਹੱਲੇ 'ਚ ਫੌਤਗੀ ਥੀ ਗਈ ਅਤੇ ਅਗਰ ਨਹੀਂ ਕੈਂਸਲ ਕਰ ਸਕਣ ਤਾਂ ਕਮ ਅਜ਼ ਕਮ ਆ ਦੇਣ ਯਾਰ ਬਾ ਰਸਮ ਪੂਰੀ ਕਰੇ ਸੋ ਬਾਕੀ ਸ਼ਾਦੀਆਂ ਨੇ ਵਗੈਰਾ ਇਹ ਨਾ ਵਜਾਏ ਮਹੱਲੇ ਦੇ ਆਮ ਬੰਦੇ ਦਾ ਤਾਂ ਕੋਈ ਇਤਨਾ ਅਹਿਸਾਸ ਹੈ ਅਤੇ ਜੇ ਮੁਹੰਮਦ ਦਾ ਕਲਮਾ ਪੜ੍ਹ ਕੇ ਤੂੰ ਮੁਸਲਮਾਨ ਹੋਏ ਤਾਂ ਕੋਈ ਹਲਾਲ ਹਰਾਮ ਦਾ ਪਤਾ ਲੱਗੇ ਮਾਸ਼ਾਅੱਲਾ ਲਿਆੜੇ ਕਿਹੜਾ ਮੂੰਹ ਲਿਖਿਆ ਸੀ ਜੋ ਤੇਰਾ ਬੱਚੜਾ ਪੇ ਜੁਰਮ ਕੁੱਠਾ ਪਿਆ ਅਤੇ ਮੈਂ ਸ਼ਾਦੀਆਂ 'ਚ ਮਸਰੂਫ ਹਾਂ ਮਹੱਲੇਦਾਰ ਜਿਤਨਾ ਇਹਤਰਾਮ ਹੀ ਨਹੀਂ ਅੱਲਾਹ ਦੇ ਰਸੂਲ ਦਾ ਤੇਰੇ ਦਿਲ 'ਚ ਨੌਜ਼ੂ ਬਿੱਲਾ ਅਹਿਸਾਸ ਕਰੋ ਇਹਨਾਂ ਚੀਜ਼ਾਂ ਦਾ ਮਰਨਾ ਹੈ ਹਰ ਕਹੇ ਪੈਗੰਬਰ ਦੇ ਮੱਥੇ ਲੱਗਣੇ ਅਸਾਂ ਰਸੂਲ ਦੇ ਕਲਮਾ ਪੜ੍ਹਦੇ ਹਾਂ ਮੁਸਲਮਾਨ ਹੈ ਅਸਾਂ ਪੈਗੰਬਰ ਦੇ ਬਹੁ ਔਖਾ ਟਾਈਮ ਆਈ ਭੈਣ ਵਾਸਤੇ ਜਿਹੜਾ ਹੁਸੈਨ ਜੇ ਫਿਰਾਕ ਹੈ ਪੁਰਾਣੀ ਪੋਸ਼ਾਕ ਦੇ ਵਾਹ 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 ਹੁਸੈਨ ਆ ਕਹੇ ਮੇਰੀ ਭੈਣ ਜ਼ਿੰਦਗੀ ਢੇਰ ਹੋਵੇ ਤੁਹਾਡੀ ਕੀ ਆਖੇ ਮਜ਼ਲੂਮ ਪੁਰਾਣੀ ਪੋਸ਼ਾਕ ਦੇ ਭੈਣ ਆਖੇ ਪੁਰਾਣੀ ਪੋਸ਼ਾਕ ਦੇ ਬਿਸਮਿਲਲਾ ਬਿਸਮਿਲਲਾ ਇਹਨਾਂ ਦੀ ਮੰਨਤ ਹੈ ਜੀ ਬੱਚੇ ਦੀ ਇਹ ਕਹਿੰਦੀ ਥੀ ਕਿ ਆਈ ਥੰਮ ਮੁਸਲਮਾਨ ਆ ਜਿਹੜਾ ਔਲਾਦ ਰਸੂਲ ਕੋ ਕੈਦ ਕੀਤਾ ਉਹ ਕਹੇ ਸਾਡੇ ਬੱਚਾ ਕੋਈ ਨਹੀਂ ਬਣਿਆ ਉਹ ਜ਼ੰਜੀਰ ਉਹ ਕੜੀਆਂ ਉਹ ਜ਼ੇਵਰ ਕਿਆਮਤ ਤੱਕ ਵਾਤ ਮੁਕੱਦਸ ਆਈ ਬੱਚੇ ਦੀ ਹਿਫਾਜ਼ਤ ਫਰਮਾਵੇ ਪਰ ਇਹ ਸਾਰਿਆਂ ਦੇ ਬੱਚੇ ਮਾਫੂਜ਼ ਹੋ ਮਾਮੂਲ ਭੈਣ ਕੇ ਆਖਸ ਭੈਣ ਕੋ ਪੁਰਾਣੀ ਅਧੀਏ 9 ਲੱਖ ਦੇ ਸਾਹਮਣੇ ਵਹਿੰਦਾ ਪੈ ਫਖਰੇ ਸੁਲੇਮਾਨ ਬਣ ਕੇ ਵਹਿਣ ਪੁਰਾਣੀ ਪੋਸ਼ਾਕ ਕਿਉਂ ਪਹਿਨੇ ਤੇਰੇ ਵਾਸਤੇ ਤੇ ਜੰਨਤ 'ਚੋਂ ਕੱਪੜੇ ਆਉਂਦੇ ਆ ਫਰਮਾਉਂਦੇ ਨੇ ਉਹ ਮੇਰੇ ਵਸਣ ਦੀ ਰੁੱਤ ਆਈ ਮੇਰੀ ਆਲਮਤ ਨੂੰ ਗੈਰੋ ਮੌਲਮਾ ਬੀਬੀ ਜਿਹਦਾ ਅਕਬਰ ਵੀ ਹਾ ਪੋਤਰ ਮਾਰਿਆ ਵੰਨੇ ਜਿਹਦਾ ਅਬਾਸ ਦੀਆ ਬਿਰਾ ਸ਼ਹੀਦ ਕਰ ਦਿੱਤਾ ਵੰਨੇ ਪੁਰਾਣੀ ਪੋਸ਼ਾਕ ਦੇ ਮੈਂ ਮੈਦਾਨ ਵਹਿੰਦਾ
शाला कहें भेण दा भिरा जुदार न थी वे इरे ले भिरा के ना मैं को पुरानी पोशाक दे आदि ये पोशाक बाद इस पामे पहले झोक मैं को गल चुम्मन दे मैं को अमड़ी आखा हा मेरी आली अधी जना भिरा पुरानी पोशाक मंगी समझे वलसी या कोई ना मेरी तरफ बो सदे में भिरा दे गल ते आखे अमड़ी चुम्दी पई आवे मजलिस तो मैं इंतहाई मार्फत वाले लोगन पढ़दा खड़ा कि अज यौम आशूर है इस तू तो वड़ा दुखा ते गुरबत मजलूमी है दी ही कोई नहीं कुरान की कसम इो तो दी है जड़े दी आसमान तू खून दी बारिश थी है करबला किथों जो पत्थर हटा हुआ तो खून दा फुआरा उबल हुसैन रुन्नन फरमाइंदे गल चुमकी थी मैडा अमड़ी की वसीयत पूरी कर गई थी हाँ अम्मा राजी हो सी जो मैं अम्मा की तरफ ते को बोसा दे गई दे फरमाइंदे वत मेरे करीब आ पर न हट अम्मा ते को आखा न जो हुसैन पुरानी पोशाक मंगे तो मेरी तरफ गल चुमे अम्मा मेरे नाल ही कोई गाल की है मैं को आखा जरा पुरानी पोशाक पावन लगे हूँ वे मेरी तरफ अपनी भेण द सारी चुमे चा भेण दे हत्था दा बोसे गिने चा सदके वाह 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 भेण गल चुमदी खड़ी है भिरा भेण दा सर चुमदा खड़े सदका 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 अच्छा बहु दुखे खम मिन मसाइन हुसैन मजलूम दे जदई हुसैन तैयार थी वे आ ना कोई जवान अमामा आ दे वे आ कोई हाशमी अबा आ दे वे आ कोई कमर बंद आ दे वे आ कोई नालायन आ रखे आ कुरान दी कसम है आज हुसैन को न कोई अमामा देवण आले न कोई तलवार पेश करण आले जो अचानक हुसैन खैमा चु रिठे मस्तूरात इन कतार बनाई हुई में कोई अमामा चाहिए आंदी है कोई कमर बंद चाहिए आंदी है कोई तलवार चाहिए आंदी है कई हुसैन दी नालायन खड़ी चुड़े करबला दे जितने शहीद इन दहमी वाले दिन दे सारा को हुसैन तैयार करेंदा हुसैन ओ गरीब है जेको तैयार करण वाला बच्चा कोई ना हुसैन को तबर्रुकात मस्तूर आ दितेन भेण आ दितेन भरजाइयां आ दितेन हुन लफ्ज बहु दुखे आ गए ही वे शिया सुन्नी भाईओ बाजार दा माहौल है ते हर किस्म दे लोग होंदे ना शिया सुन्नी सब लोग होंदे जेड़े जेड़े रसूल दा कलमा पढ़दे हो ये रसूल दे पुत्र दे मसाज में पढ़दा खड़ा ये कहीं दी दिल आजारी वक्त ये मजलिस नहीं होंदी ये गरीब दा गम में ये हुसैनियत दा एहतजाज है भाई केड़ा ना यहूदियां मारे हुसैन जी ईसाइयां मारे है हिंदुओं मारे है दुख तो इो खांदे जो कलमा ही पढ़ते हैं कलमे वाले दे पुत्र को चिट्टे दी को त्रै दिहाड़ा दा तसत बुखा केंदी भेण 70 कदम ते खड़ के आदी रही है हया करो सदका मजाल है सही मजाल है सही मजाल है सही मजाल है सही तबरुकात हुसैन ने जेब बदन फरमाएं अगले लफ्जों ते जरा पूरी तवज्जो रखा है जेड़े ले तबरुकात हुसैन जेब बदन फरमा चुके ना हुण हुसैन बहु रुंदा है आलिया सैन पूछे क्यों रोंदा है फरमाया मैं को हमेशा घोड़ा अब्बास पेश करेंदे अकबर करेंदे सज्जाद करेंदे या कासिम सज्जाद बीमार है अब्बास अकबर कासिम तो है कोई ना ए मैं को मैदान वंजन वास्ते घोड़ा कौन खोल के आंदे से हुण मैं तेरी हांडी दा जामिन होके फिक्रा आहदा जो अचानक मस्तूरात कुरलाट बुलंद थे हुसैन देखे ता फिजा दी कमर झुकी हुई है जुलजना दी वाग पकड़ी हुई है हुसैन दे सामने खड़किया दिए न घबरा तेरा अब्बास टुर गए जुलजना जाने मैं वाह 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 क्या वफा की थी हबश दी शहजादी भेण फिरामा ना फिजा दी कमर झुकी हुई है सलाम इन फिजा को मैंने
تمام صاحبان ایمان دے میں خراج پیش کریں نہ فیضہ کو فیضہ دی کمر جھکی ہوئی ہے ذل جنادی واگ پکڑی ہوئی حسین دے ہاتھ تیرا کیا دی نہ گھبرا میں گھوڑا پیش کروں چڑھا کیویں ہے حسین کیویں حسین سوار تھا تسا ڈٹھا ہو سی گھوڑے سوار کو گھوڑے تے سوار تھیندا ہمیشہ گھوڑے دے کھبے پاسو کھڑ دے سوار کھبے پاسو کھڑ دے نا حسین نے کھبا ہاتھ کوچ اچ رکھا ہے گھوڑے دے کھبے پاسو کھڑ کے کھبا پاک قدم رکاب اچ پایس قرآن دی قسم ترائے دفعہ چڑھن واسطے اُل رہے عباس کو سر مار کے آدے غازی میری کمر ترٹ گئی ہے عباس میں چڑھ نہ سکدا جڑے ویلے دٹ شاہبا 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 لفظ آکھاں ہر جوان کو حسین سوار کریندا رہے او غریب بطول دا بچڑا حسین جے کو چڑھا مانا لا مرد کوئی نہ بچا کوئی بی بی واگ سنبھالی کھڑی آئی کوئی رکاب سنبھالی کھڑی آئی کوئی حسین کو ٹیک دے کے چڑھے دی پئی آئی واہ واہ صدقہ 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 اگو لفظ بہو دکھے آگئن تے یہ ڈھلے میدان اچھ آئے نا انہا تبل وجاونے شروع کی تھی پتہ دے کیڑی شے دے خوشی دے ادن بس جنگ تا مک گئی ہے جڑے بہادر ہیں جوان ہوتا سن شہید کر چھوڑے 57 سال دا ضعیف تسا سارے رشتہ دیا موتن دا مکہ ہویا بس جنگ تا سن فتح کر کے دیئے کوئی دیر ہنے انعام گن دے اطلاع بھیجن دے کوفے شام زین چنگڑائی گھن کیا دے ہوئے میں کو پترہ مویا نہ سمجھو میں حسین نہ شاباش 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 حسین تیری جرات کو سلام فرمائے نہ پھر آما مویا ہاں میں کو کمزور نہ سمجھائے میرے بدن چلی دخون میں سمجھ کو اتنا کمزور سمجھ کہ تبلو جامن لگ گئے جو جنگ مک گئی ہے قرآن دی قسم ہے راوی یاد ہے اتنا دکھا بندہ اسا تاریخ اچ نہیں ڈٹھا جو ای ہو جے جنگ کیتی ہو کیڑا دکھا ڈامی والے دی جڑا حسین کو نہ پہنچا تسا بکھا اس عمر جیڑی جنگ خاتون دے پتر کیتی ہے راوی یاد ہے میں ڈٹھے میں کوئی میں لگدا جو ذل جناح دے سم مٹی تے نہیں لگدے آندے آسمان تے پرواز کرن جاندے آدھا تیری ماں دی چادر تے پاک جو کھا دے ہیں میں تا تیرے ادھار لہمنے ہیں نہ تیری ماں بارہ حملے کتن حسین کربلا دا ہیں کتنے جی بارہ ہر حملے دے بعد آدھا مرتجل میں کو خیمیں گھنوان مطا موجی ہوئے ذل جناح پوچھے چا آقا کوئی جوان اتنے دفعہ جنگ چھوڑ کے خیمہ چ نہیں آیا یہ تا تیرے جے بہادر دی بہادری دے خلاف ہے ہر حملے دے بعد آدھے میں کو خیمے گھنون کیوں ٹھڈا سا بھر کیا دن ذل جناح کے دساں بنا کو کیا ضرورت ہے خیمے ولن دے وہ تا مطمئن ہو کے جنگ کریں دے ہیں جو مستوراں کو تسلی دے ون واسطے آپ حسین ہے خود دسا جڑے ویلے دا میں ٹراں کوئی ہے میرے پردداراں کو آکھن والا جو گھبرا ہے نہیں اساں کھڑے ہیں باقر دا سن چھوٹا ہے سجاد بیمار ہے شابا شابا اے اللہ دے پردادار ہیں رسول دے پردادار ہیں میں ہر حملے دے بعد تسلی دے ون آنا جو گھبرا ہے نہیں میں موجود ہاں لفظ آ گیا وے اس تو وڈا لفظ میں آئی دے نہیں آنکھ ہی نہیں سکدا شیو سنیو حملے تا بہرن خاتون دے چند دے تے جیڑا حملہ حسین تریجھا کیتا ہے نا کربلا دی زمین ہل دی ہے حسین دے پورے بدن دا خون کٹھو کے اکھیں چھا گئے این حملے جو حسین صفہ دیا صفہ پھر نار کی دی
दुश्मन भज के कूफे वन पनाह कीती है। भजदा कुआधा मर्द बनो भजो नहीं खड़ के लड़ो तू समेदा अकबर मारे है तू समेदा जोर एक मर न शर्मा दमी न शर्मा दमी आधा खड़ के लड़ो जी 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 बिस्मिल्लाह 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 जी बिस्मिल्लाह करा जिथे हुसैन कुरुना वेंदे उथा अजाब नहीं आंदा उथा कहत नहीं आंदा ए तो सब वैन करके हुसैन दे गम विच गदाई को अजाब तो बचेंदे पए हो। ई धरती नाल अल्लाह दी मोहब्बत वधदी पई है शिया सुनियो जो आशिक के तौहीद दे गम विच रोंदे बैठे ओ मैं सदके थी पवां पर मैं दिन खड़ के लड़ो भजो नहीं तो समय बहु नुकसान की मैं सकलैन घलू एक अरसा सुचेंदा ते गुलेंदा रही तारीख है भी गरीब दे हमले तबार हन त्रीजे हमले च अचानक एडा जोश एडा जलाल ते गुस्सा अल्लाह जाने क्यों तर्जना सालां बाद एक आलम मेरी मुश्किल हल की थी है उन्हें अपनी किताब विच लिखा है जो अचानक हुसैन दे जोश की वजह के है उन्हें लिखा है जरा कहीं इंसान को अचानक अपना बहु वड्डा नुकसान अखी नाल नजर आवने ना खुद ब खुद उनके खून च जोश वध वेंदे ओ फरमाते हैं इसे त्रीजे हमले च अचानक हुसैन दा घोड़ा उत्थू आ गुजरे जिथे फुरात दे किनारे ते बगैर बाजुआं दे अब्बास दी मसनद हुसैन गाजी दी लाश डह दे गए पुत्रा मोए दा जोश वधदा गए आ दिन मुर्त जेल में को गाजी नजर आ गए सदके 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 जी सही जी बिस्मिल्लाह बिस्मिल्लाह न शर्माओ आज नहीं ही रोमन दही है बिस्मिल्लाह 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 जी बिस्मिल्लाह करा क्या आवाज बहन करके रोमन अचानक मुर्तजेज हुसैन को चाके जंग दे दौरान ना कह मेले घोड़ा सज्जे कह मेले खब्बे फुरात दे किनारे थे उत्थू आ गुजरे इतना बगैर बाजुआ दे अब्बास दी मसनद आई फरमाइंदे ज़ुल जना रुक में कुछ बहु देर बाद अब्बास नजर आई जीन ते बैठी हालत पुछ दे टुर दे ले भेणी दे परदे दी पारत कई को दिती आई तारीख दिए कई कई फुट बगैर बाजुआ दे थे जख्मी अब्बास दी लाश बलंद थी लड़न जो ना भी दिता जंग दी इजाजत जो ना भी दिती शेर को वाह भाई वाह सदका थी पुमा इत तमहीद च ये तुहाडी मुहब्बत है ये मसाहब है शहादत तक में किवें अपड़सा आखरी हमला कीता मंजले नुखैला ते पहुंचे अल्लाह दी तरफो खत आ गए हुसैन जीन ते बह के खत खोले तो पहली सत्ता ते लिखा होए ओ मेरा आशिक हुसैन वाह 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 अल्लाह प्यार लिखता ओ मेरा आशिक हुसैन न शर्मा न यार एडी कोई जाकर दे पढ़न दा मौता मेरा पाक मजलूम वाह 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 अल्लाह प्यार लिखते ओ मेरा आशिक हुसैन जंग दी बस कर मैं राजी हां ओए दुनिया अल्लाह को राजी करें दिए अल्लाह हुसैन को दहवी आले दिया कह बस कर मैं राजी हां अल्लाह मान अल्लाह मान अल्लाह दे मैं राजी हां हुसैन मेरा सजदा हर नबी दिता है मेरा सजदा हर रसूल दिता है मैं अल्लाह को तेरे गरम रहते आखरी सजदे दा इंतजार है वत लफ्ज आ गया वे बहु औखा हुसैन अल्लाह दे खत दिया आखरी सत्रां ते पहुंचे जो हुसैन महसूस कीते मेरे मुंडे ते कहीं बीबी दा हाथ आए वाह 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 मस्तूर दी खुशबू पहचान के आधेन ई वेले अम्मा है आदिये बकिया छोड़ के आईया हुसैन आदेन अम्मा केड़े ले आयो हुसैन आदिये रतो की माँ तो देख के आदे धीया मुझिया हानी खैमच क्यों नहीं आई आदिये मेरी सारी रात लंग गई है वाला नाल तेरी लहन आली जाते बुहारी ने
صدقہ صدقہ زندگی ڈھیر ہو گئے جی جی تو ماں کو پیارا ہیں تیری ماں دی ممتا تڑپ دی ہے تیرے واسطے تے جیڑی حسین دے بدن تے کنی نہیں سہندی جیڑی نوکرانی کو آدھی ہے غسل دیون دے بعد حسین دے بٹن کھلے بند کیتے کر آخری بٹن حسین دا بند نہ کیتا کر متا حسین دا سا اوکھا تھی اللہ مان اے تاریخ ہے یہ تاریخ کھڑا پڑھنا میری تا ساری رات تیری سجدے والی جھا تے جھاڑوں دے لفظ آکھاں ایڈے عمر ابن سعد نے حکم لیتا ہے چونکہ جیڑی شاہی ہے تلا یزید دی ہے یزید شام وچ بیٹھا دمشق ایڈا گورنر ہے ابن زیاد ایک کوفے بیٹھا کربلا تو کوفہ 45 میں کربلا جیڑی فوج ہے یہ ساری دا جرنیل عمر ابن سعد اچانک عمر ابن سعد خیمے چ باہر ہے فوج کو خطاب کر کے دے دیر جو لیندے پے وے اج جمعہ نہیں بھی پڑھنا چاہے کیا سندا بیٹھے تاریخ جمعہ قضا تھیندا پے جنگ مکو سپاہی دن تو جو بیٹھا خیم مچیں تے کو ساریاں مجبوریاں دا کیڑا پتہ ہے ذرا سامنے آ دیکھ تے صحیح ساری مجبوری لائن دے کیڑی سپاہیا دن جیڑا تیر حسین دو چھوڑے نے آئے گھوڑا کوئی لگن دے دا گھوڑی دی تا نگاہی تیران تے ہے جلو تیران گھوڑا گوٹے شاباش این وفادار حیوان کو سلام ان میلے یہ مر کوئی نہیں گیا گھوڑا اجی ایران دیاں پہاڑیاں چ غار چ زندہ کھڑے جتھا سجاد دی ماں دی قبر ہے قرآن دی قسم ہی او حالت ہے جیڑی دہمی دے دی ہے واگاں کپیاں ہوئی ہیں زین جھکی ہوئی ہے صبح و شام ہنجوں بہندے تیرے بارویں امام کو آدھے میں تھک پیاں ہوں آ میری زین تے بھائے میری واگ چا میں تے کو او جھا دکھاما کربلا جتھا دیگر لے دروہیاں نہیں جتھا قرآن چاہ کے واسطے دین دی آئی نہ مارو میری ماں اوکھا پا لیا صدقہ 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 کوئی غم نہ دیکھو ہی غم دے سوا اچھا اور ایک لفظ آکھا میں ڈہمی ہے اج کائنات وچ خون حسین دا جاری حسین دے خون دی تاثیر ہے جتھے جتھے حسین دی محبت ہووے او جا سرخ تھیندی ہے زنجیر دا ماتم کریں تے وقت تساں ڈٹھا ہو سی زنجیر دا کوئی ایڈا شوق ہوندے بچوں کو ماتم دا مسئلہ تا خون بہاونا ہوندا ہے نا حسین کو ڈسنا ہوندا ہے جو سارا خون تیرے تیری ملکیت ہے ارمان جو اسا کربلا ہاسے کوئی نہ ہوں ماتا اپنا پیش کروں گا تے پتہ وے ماتمی زجیر دین دے کیوں نہیں منتا کر کے کھسین دے ہو چھپ کے کھسین دے ہو وجہ کیا ہے اندی حالانکہ ایک پھل لگ گیا عشق حسین دا اظہار تھی گیا یہ تھک دے نہیں آدم ساری حسرت پوری نہیں تھی ایک کدے ہی کہیں زنجیر زن دے سر تے قرآن رکھ کے وجہ پہنچ بھائی تو سب بدن ریزہ ریزہ کر دیں دے ویتے وقتی زنجیر نہیں بھی دیں دے سلطان المورخین نے اپنی کتاب وچ لکھا انہاں کہ انہاں دی وجہ اے ہے جو زنجیر زنہ کو زنجیر زنی دے درمیان زخمی حالت جو حسین نظر آ رہا ہے یا دن حسین دے بدن دے لکھاں زخم ہیں یا سارے بدن دے تا درجہ نہیں پورا نہیں تھا شاباش صدقے تھی ماں صدقے تھی ماں ایک بیا لفظ آکھاں کدہ ہی زلجنا کو خالی نہ سمجھے کوئی نہیں پتہ زندگی دا حسین جان دین ساڑے ساہ دا مالک کون ہے کدہ ہی زلجنا کو خالی نہ سمجھا کر بے خالی گھوڑا آندا پئے ایک انگریز آیا سہیوال دے علاقے چ
ਇਤਫਾਕਨ ਹੁਕਮ ਮੁਹਰਮ ਇੱਥਾਂ ਹੀ ਆ ਗਿਆ। ਇਹ ਸਹੀਵਾਲ ਮਿੰਟ ਕੁਮਰੀ ਔਕਾੜੇ ਦੇ ਨਾਲ ਉਹ ਡਿੱਠਾ ਜਲੂਸ ਹੈ ਸ਼ਾਮਿਲ ਥੀ ਗਿਆ। ਅਤੇ ਅੰਗਰੇਜ਼ਾਂ ਕੋ ਘੋੜਾ ਨਾਲ ਤਾਂ ਵੱਡੀ ਮੁਹੱਬਤ ਹੁੰਦੀ ਹੈ, ਤੁਹਾਨੂੰ ਪਤਾ ਹੈ ਨਾ, ਅਤੇ ਬਹੂ ਘੋੜੇ ਦੇ ਮਿਜ਼ਾਜ ਕੋਲ ਵਾਕਿਫ ਹਨ ਅੰਗਰੇਜ਼। ਉਹ ਜਿਹੜੇ ਡਿੱਠਾ ਮਾਤਮ ਗਿਰੀਆ ਘੋੜੇ ਅਤੇ ਸੋਨੇ ਚਾਂਦੀ ਦੇ ਜ਼ੇਵਰ, ਉਹ ਇੱਕ ਬੰਦੇ ਕੋਲ ਪੁੱਛੀ ਪੂਰੀ ਕਹਾਣੀ, ਉਹਨਾਂ ਦੱਸਾਂ ਅੰਗਰੇਜ਼ੀ ਵਿੱਚ, ਇਹ ਜੋ ਹੁਸੈਨ ਦੀ ਸਵਾਰੀ ਦੀ ਛਬੀ ਹੈ, 1500 ਸਾਲ ਪਹਿਲੇ ਕਲਮਾ ਪੜ੍ਹਨ ਵਾਲਿਆਂ ਰਸੂਲ ਦੇ ਪੁੱਤਰ ਕੋ ਬੇਜੁਰ ਮਾਰ ਚੋਦਾ, ਇਹ ਅਸਾਂ ਉਸ ਹੁਸੈਨ ਦੀ ਯਾਦਗਾਰ ਮਨਾਉਂਦੇ ਹਾਂ। ਇਹ ਪਹਿਲੇ ਤਾਂ ਡੇਢਾ ਹੈ ਅਤੇ ਜਲੂਸ ਦੇ ਨਾਲ ਟੁਰਦਾ ਹੈ, ਕੁਛ ਕਦਮਾਂ ਦੇ ਬਾਅਦ ਆ ਤਾਂ ਯਾਰ ਮੈਂ ਅੰਗਰੇਜ਼ ਹਾਂ, ਅਗਰ ਮਿਹਰਬਾਨੀ ਕਰੋ ਤਾਂ 5 ਮਿੰਟ ਇਹਦੀ ਵਾਗ ਮੈਂ ਕੋ ਨੱਪਣ ਦਿੰਦੇ। ਉਹਨਾਂ ਕਿਹਾ ਯਾਰ ਮਹਿਮਾਨ ਹੈ, ਕਿਹੜਾ ਫਰਕ ਹੈ, ਅੱਛਾ ਨੱਪ ਚਾ ਤੂੰ, ਕੁਰਾਨ ਦੀ ਕਸਮ ਹੈ 5 ਮਿੰਟਾਂ ਦੇ ਬਾਅਦ ਆ ਦੇ ਮੁਸਲਮਾਨੋ, ਭਾਵੇਂ ਜੋ ਨਜ਼ਰ ਨਹੀਂ ਆਉਂਦਾ, ਮੈਂ ਕੋ ਈਸਾ ਦੀ ਕਸਮ ਹੈ ਜ਼ੁਲ ਜਨਾਤ ਦੀ ਜ਼ੀਨ 'ਤੇ ਕੋਈ ਸਵਾਰ ਜ਼ਰੂਰ ਬੈਠਾ, ਅਤੇ ਮੈਂ ਕੋ ਲੱਗਦਾ ਇਵੇਂ ਹੈ ਜੋ ਸਵਾਰ ਜ਼ਖਮੀ ਵੀ ਹੈ, ਸਵਾਰ ਤਾਂ ਸ਼ਾਬਾ ਸ਼ਾਬਾ ਸ਼ਾਬਾ, ਸਵਾਰ ਤਕਲੀਫ ਵਿੱਚ ਹੀ ਹੈ। ਉਹਨਾਂ ਹੈਰਾਨ ਹੋ ਕੇ ਆਖਾ ਤੈ ਕੋ ਕਿਵੇਂ ਪਤਾ ਲੱਗਾ? ਤੂੰ ਆਖੇ ਗਾਲ ਸੁਣੋ, ਸਾਡੀ ਜ਼ਿੰਦਗੀ ਗੁਜ਼ਰਦੀ ਹੈ ਘੋੜਿਆਂ 'ਚ, ਸਾਡਾ ਸਭ ਤੋਂ ਵੱਡਾ ਮੁਸ਼ਕਲ ਹੀ ਘੋੜੇ ਪਾਲਣੇ, ਅਸਾਂ ਜੰਮਦੇ ਘੋੜਿਆਂ 'ਚ ਹੈ। ਤੂੰ ਆਖੇ ਸਾ ਕੋ ਘੋੜੇ ਦੀ ਚਾਲ ਦਾ ਪਤਾ ਲੱਗਦਾ, ਖਾਲੀ ਘੋੜਾ ਹੋਵੇ ਉਹਦੀ ਚਾਲ ਬਈ ਹੁੰਦੀ ਹੈ, ਸਵਾਰੀ ਥੱਲੇ ਘੋੜਾ ਹੋਵੇ ਉਹ ਆਰਾਮ ਨਾਲ ਸੰਭ ਰੱਖਦਾ ਹੈ, ਅਤੇ ਵੱਧ ਜਦੋਂ ਕੋਈ ਸਵਾਰ ਬੁੱਢੜਾ ਅਤੇ ਜ਼ਖਮੀ ਹੋਵੇ ਉਹ ਮਜ਼ੀਦ ਹੌਲੇ ਹੌਲੇ ਟੁਰਦਾ, ਜੋ ਸਵਾਰ ਕੋਈ ਤਕਲੀਫ ਨਾ ਹੋਵੇ। ਇਹ ਅੱਜ ਮੇਰੇ ਕੋਲ ਕਾਫੀ ਦੇਰ ਹੋ ਗਈ ਹੈ, ਮੈਂ ਇਹਦੀ ਟੋਰ ਦੇ ਦਾਨਾ, ਇਹ ਬਹੂ ਹੌਲੇ ਹੌਲੇ ਸੁਭ ਚਾਹੀਦਾ ਟਾਪਾ ਰੱਖਦੇ, ਇਹਦੀ ਕੰਢ 'ਤੇ ਕੋਈ ਸਵਾਰ ਹੈ, ਇਹ ਕੋਈ ਖਾਲੀ ਘੋੜਾ ਨਾ ਸਮਝ, ਇਹਨੇ ਨਾਲ ਸਵਾਰ ਹੁੰਦੇ ਤਾਂ ਕੋਈ ਨਜ਼ਰ ਨਹੀਂ ਆਉਂਦਾ। ਅਤੇ ਹੁਸੈਨ ਦੀ ਅੰਬੜੀ ਕੋਲ ਪਿੰਨ ਜੋ ਮੈਂ ਕੋ ਨਿਗਾਹ ਦੇ, ਜਿਹਦੇ ਨਾਲ ਮੈਂ ਜ਼ੁਲ ਜਨਾਹ ਦੀ ਕੰਢ 'ਤੇ ਜ਼ਖਮੀ ਹੁਸੈਨ ਕੋ ਚੜ੍ਹਾ ਹੋਇਆ ਦੇਖਾਂ, ਉਹ ਮੈਂ ਸਦਕੇ ਸੀ ਪੋਵਾਂ, ਤਾਂ ਤਾਂ ਇਹਦੀ ਤਾਜ਼ੀਮ ਵਾਜਿਬ ਹੈ, ਤਾਂ ਤਾਂ ਇਹਦਾ ਇਹਤਰਾਮ ਜ਼ਰੂਰੀ ਹੈ ਦੀਨ ਵਿੱਚ ਨਾ, ਇਹ ਆਮ ਘੋੜਾ ਨਹੀਂ ਹੈ, ਹੁਸੈਨ ਨਾਲ ਮਨਸੂਬ ਹੈ, ਉਹ ਮੈਂ ਸਦਕੇ ਸੀ ਪੋਵਾਂ। ਇਹ ਲਈ ਨਾ ਦੇ ਜੁੰਮਾ ਨਹੀਂ ਵੇ ਪੜ੍ਹਨਾ, ਪੜ੍ਹਨਾ ਤਾਂ ਹੈ, ਘੋੜਾ ਹੁਸੈਨ ਕੋ ਤੀਰ ਜੋ ਕੋਈ ਨਹੀਂ ਲੱਗਣ। ਬਸ ਬਾਈ ਮੈਂ ਵਹਿਣ ਸ਼ੁਰੂ ਚੱਕਰਾਂ, ਇਹਨਾਂ ਬੱਚਿਆਂ ਦੀ ਅਕੀਦਤ ਵਾਸਤੇ ਮੈਂ 2-4 ਗੱਲ ਹੀ ਦੱਸੀਆਂ, ਜੋ ਤੁਹਾਡੇ ਬੱਚਿਆਂ ਤਬਰੁਕਾਤ ਆਲੇ ਮੁਹੰਮਦ ਦਾ ਨਿਸ਼ਾਨੀਆਂ ਦਾ ਇਹਤਰਾਮ ਜ਼ਿਆਦਾ ਪੈਦਾ ਥੀ। ਉਮਰ ਸਾਦਾ ਦੇ ਮੈਂ ਦੱਸਾਂ ਨਾ, ਅਮਲ ਕਰੋ ਚਾਹ, ਹੁਣੇ ਜੰਗ ਮੁੱਕ ਵੇ, ਸਿਪਾਹੀ ਆਦਨ ਕਿਹੜਾ, ਇਹ ਲਾਈਨ ਆਦੇ ਤੁਸਾਂ ਇੱਕ ਤੀਰ ਮਰੇਂਦੇ ਹੋ ਇੱਕ ਪਾਸੋਂ, ਇਹਦਾ ਵਫਾਦਾਰ ਹੈਵਾਨ ਲੱਗਣ ਦੇ। ਮੈਂ ਤੁਹਾਨੂੰ ਤਰਕੀਬ ਦੱਸਾਂ ਨਾ, ਪੂਰੇ ਮੈਦਾਨ ਵਿੱਚ ਖੇਡ ਵੰਨਿਓ, ਇੱਕ ਟਾਈਮ ਹਰ ਪਾਸੋਂ ਤੀਰ ਛੋੜ, ਹੈਵਾਨ ਇੱਕ ਪਾਸੋਂ ਬਚਿਆ ਸੀ ਨਾ, 2 ਪਾਸੋਂ ਬਚਿਆ ਸੀ, ਇਹਨਾਂ ਤਕਸੀਮ ਹੋ ਗਏ ਹੁਸੈਨ ਦਾ ਨਿਸ਼ਾਨਾ ਕਿੱਧਰ, ਦੁਰਜਨਾ ਦੀਆਂ ਅੱਖੀ ਵੱਸ ਪਈਆਂ, ਫਰਮਾਨੇ ਘਬਰਾਵੇ ਨਹੀਂ ਮੈਂ ਮੌਜੂਦ, ਅੱਜ ਮੈਂ ਤੇਰੀ ਹਿਫਾਜ਼ਤ ਇਵੇਂ ਕਰੇ ਸਾਂ ਜੋ ਦੁਨੀਆ ਕਿਆਮਤ ਤੱਕ ਮੇਰੀ ਵਾਗ ਨੱਪ ਕੇ ਮੇਰੀ ਤਾਰੀਫ ਕਰੇ। ਸਦਕੇ ਸ਼ਾਬਾ 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 ਸ਼ਾਬ ਜੀ, ਮਜ਼ਾ ਲੈ ਸਾਈਂ ਹੁਸੈਨਾ ਦਿਨ ਹਰ ਪਾਸੋਂ ਤੀਰ ਅੱਗੇ, ਇੱਕ ਇੱਕ ਮਰੇ ਨੇ ਆਏ ਨੇ ਇੱਕ ਪਾਸੋਂ ਝਲੇ ਨਾ ਆਵੇ, ਹਰ ਪਾਸੋਂ ਕੀ ਹੈਵਾਨ ਦੀ ਮੁਹੱਬਤ ਦੇਖ, ਇਤਨੀ ਵਫਾਦਾਰ ਹੈਵਾਨ ਦੀ ਨਾ ਪਹਿਲੇ ਮਿਸਾਲ ਮਿਲਦੀ ਹੈ ਨਾ ਬਾਅਦ ਵਿੱਚ ਮਿਲਦੀ ਹੈ, ਮਿੰਬਰ ਦੀ ਕਦਮ ਹੈ ਜਿਤਨੀ ਘੋੜੇ ਤਾਕਤ ਆਈ, ਗਰੀਬ ਦਾ ਤੇਜ਼ੀ ਨਾਲ ਚੱਕਰ ਬੱਧਾ ਤਵਾਫ ਕਰੇਂਦਾ ਖੜਾ ਹੈ ਜਿਵੇਂ ਹਾਜੀ ਕਾਬਾ ਦਾ ਤਵਾਫ ਕਰੇਂਦੇ ਨੇ, ਸਾਹਮਣੇ ਵਾਲੇ ਤੀਰ ਸੀਨੇ ਤੇ ਝਲੇਂਦੇ, ਜਿਹੜੇ ਪਾਸੂ ਆਉਂਦੇ ਨੇ ਪਾਸਾਂ ਤੇ ਝਲੇਂਦੇ, ਮਿੰਬਰ ਦੀ ਕਦਮ ਚੱਕਰ ਹੀ ਬੱਧੀ ਖੜੇ, ਗਰੀਬ ਕੋ ਤੀਰਾਂ ਤੋਂ ਬਚਾਂਦਾ ਖੜੇ, ਕਿਆ ਮਦ ਮੰਨਦਾ ਰਹੀ ਸ਼ਾਮੀ ਗੋਲੀ ਛੱਡ ਕੇ ਤ੍ਰੈ ਨੋਕਾਂ ਵਾਲਾ ਤੀਰ ਛੋੜੇ, ਜ਼ੁਲ ਜਨਾਬ ਕੋਸ਼ਿਸ਼ ਕੀਤੀ ਹੈ ਮਗਰ ਤੀਰ ਗਰੀਬ ਦਾ ਸੀਨਾ ਵਨ ਚੁੰਮੇ, ਉਹ ਗਦਾਈ ਦੇਸ਼ੀ ਸੁਣੀਓ ਸਾਦਾ ਉਦ ਗੈਰ ਸਾਦਾ
تیر دا لگنا خون دا فوارا نکلے کربلا دی زمین ہلی اے شہیداں دی لاشاں تڑپیاں زلجنا کو چکر بھول گئے حسین دے سامنے ہی میں بیٹھے جی میں نمازی باندھے اپنے منہ نال گھوڑے غریب دے سینے جو تیر چھکی ہے وات اپنا سر قدمہ تے رکھیا دے ماں کو شکایت نہ کرے جیڑی آدھی آئی میری چادر دانے کھا ماتم کر ماتم کر صدقے 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 کوشش کرو عبادت ودھے منگوائے سامنے تھوڑی دیر تک سواری آسی سواری حسین دی تھائیں حسین دی سواری دی رکاب تے واگ ضرور چھوائے اپنا سر غریب دے قدمہ تے رکھیا دے ماں کو میری شکایت جیڑی آدھی آئی میری چادر دے جوکھا میرے حسین دی پارت ہوئی حسینہ دل نہ گھبرا میں راضی میری ماں راضی میرا نانا راضی میرا بابا علی راضی میرا بھرا حسن راضی میرے پردادار راضی جنا حسینہ کے حسن یکے راضی زلجنا دیوات آج ہی کو وعدہ کر جے راضی ہیں حسینہ دل کیڑا وعدہ زلجنا دے جو معاشر دے میدان جنا سارے نبی رسول کٹھے ہوئے مہربانی کرے معاشر دے میدان جو میری کن تے چڑھ کے آوے سیدہ دے وعدہ ہویا بھی کہیں گھوڑے تے نہیں تیرے ہوتے چڑھ کے معاشر چادہ زلجنا دے مہربانی کر ہک بھی وعدہ کر معاشر دے نہارے میری واگ تیری چھوٹی دید ہاتھ جو جیڑی اگسی میری اللہ میں گرد میرے بابے دا کیڑا قصور او میں ساتھ قدمہ دے دے صدقے واہ واہ مجالے مجالے حوصلہ حوصلہ مات نہیں ہوں حوصلہ مات نہیں ہوں پتہ نہیں آسمان ڈٹھا کیوں نہ زمین ختم کیوں نہ تھا کیوں آدھی آئیں دیواغ چھو کیوں آدھی آئیں دی تازیم دین ممبر دی قسم گھوڑے ہی تیرے ہوتے بہت بڑا احسان جہاں بدلہ تو قیامت تک نہیں دے سکتا پڑھ سکلا ان کے رائے سا دنیا جو کوئی غریب ہی مر رہے ان دی موت دی اطلاع ان دے وارثاں کو انسان دے لے میرے سر تے قرآن رگ حسین دی خبر خیمہ جو کہیں دیتی ہے گھوڑے اپنی پشانی حسین دے خون نار رگین کی تھی آہا حیاتی ہوئی کوکہ مار کر جی 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 صدقہ 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 حسین دے گھوڑے دھنا کیا ہے زلجنا حسین دے گھوڑے دھنا اونویل مقرر ہوئے جنہ تک چکر تے تواف کر کے حسین کو تیرہ تو بچہندہ کھرا کھمبالا گھوڑا پرانلا گھوڑا اتنے تیر بدن تے جھلے جو دور تو کھمب محسوس تھی نہیں اندے پچپن دنام زلجنا نہیں مرتجز ہے مرتجز ان گھوڑے کو آدھیں جنہ ہنک دنیا دے گھوڑا تو وکری ہوئے ممبر دی گزہ میں لکھا گھوڑا جو ہنکے آبین سن کے سنیان میں دی آئی یہ وجہ جنہ آج گھوڑے خیمہ دے باروں فراغ دی ہنک ماری ہے خیمہ دے اندر سنیان کیا دیے ہن چادر لہو آدھیے سندلے بنو میں گپر جاؤ میرے بھرا دا گھوڑا جیڑا دا گھڑا ہم در خیر دیا بھی بھرا لہے گی آئی آدھا گھڑا ماتم دی تیاری کروا آخری مار مگ گئی واہ 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 آدھا گھڑا ہم در خیر دیا بھی صدقہ 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 قربان تھی پم اوکھی مندل تھی آگے بازار دا ماحول ہے شیعہ سنی بیٹھے
خبردار کدائی غلطی کر کے اپنی مستوراں کو جلوس تو نہ رکھ بلکہ نو محرم دے پچھلے پہر آکھا چکرو گھر جیڑا کچھ پکاونا وے اج پکا کے کل چولہا چبھا نہیں بار فاکا کرنا جو اولاد رسول تسی تے بکھی ہو سی تے سامنے بیٹھیاں بڑیاں ماواں دیاں میں تواری منت کرے جنہاں دیاں جھولیاں چ پوترے انشاءاللہ نظر بد تو محفوظ رہ منت کرے نا میری ماواں دیاں بہناں فاقے دے ٹائم تک نہیں ڈلن تک کئی ماں بچے کو تھن نہ دے مداس کر دی بعد ویڑا وے تیرا دبی دب میری تا جھولی خالی میں گلے دیا دہویں حیا کھڑا دسائنا دہویں احترام کھڑا دسائنا مجال ہے مجال دہویں احترام کھڑا دسائنا سید زندگی ڈھیر ہوئی بزرگ سید ہیں گدائی کے بزرگ ان سادات دے سارے واسطے قابل عزت ہیں دعا واسطے سامنے آ گئے آل محمد انہیں زندگی دراز کرے یہ نسل نال خاندان نال آباد و شاد رام ہیں وارث جو ہن متام دے اولاد جو ہن حسین دی کھڑ کے پرسا کھڑے جلے ممبر دی گدھا میں کدائی اپنے بچے تے مستوراں کو زل جنا دے جلوس تو نہ روکا کرو بلکہ عورت کو آکھا کرو ہی کلیاں نہ ونجائے بال ہی نال گھلو میری ماما دیا بہنا بچہ کو قیدی کیتا کرو حسین دے زل جنا دی عزت سکھائی کرو پتہ نہیں آسمان ڈٹھا کیوں نہ زمین ختم کیوں لتھائی کچھ بھولے لوگ آدھے لگو غیر محرم ہوں دن جلوس ہے سارے پردہ دار بہو پردہ دار ہیں اور شیعہ سنی قربان کرا تیری دھیاں بھینی دے پردے کو رب دی قسم جنہ گھوڑے ہی نہ کماری علی دیاں دھیاں خیمہ چھوڑ دیتا کئی آدھی آئی کتھا لہائے کئی آدھی آئی کی ماتم کرنا ماتم کرنا کئی آدھی یہ تیر کتنے لگے صدقے 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 کئی آدھی یہ نیلے کتنے لگے آئے کئی آدھی یہ تلوارہ کتنیاں لگیاں آئے مکانیاں پردادار پوچھ دے رہن زل جنا دسائن داری ہے مکانیاں اچھے کر دے گھوڑا سجے ہی دے دے کھبے ہی دے دے اکبر دی ماں آلیہ دے گالا کیا دیے ہن کئی کو کھڑا دولے دے بی بی آدھیے ہر کوئی آئے جا معصوما کوئی نہیں آئی او گدائی آلے جدہ غریب دی دھی سامنے تھائیے گھوڑے گوڑی زمین تے سٹیے معصوما گالے جو بہیں چپائیں آدھیے نہ پوچھ دی کتھا لہائے نہ پوچھ دی کیمیں لہائے نہ پوچھ دی کتنا زخمی آئی میں کو ڈال آخری ویلے پانی پیتا ہے آدھے وہ ماتم کر ماتم کر ماتم کر آگے یہ غریب دی سواری آگے یہ غریب دی سواری بہت پیسہ کا دروہ خجور کر شاہ حسین